ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਦੀਪਕ ਤੇ ਪੇਸ਼ ਹਨ ਅੱਜ ਦੀਆਂ ਖਬਰਾਂ। ਅੱਜ ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਕਾਨੋਵਾਨ ਵਿਖੇ ਪੰਥ ਅਕਾਲੀ ਲਹਿਰ ਵੱਲੋਂ ਜ਼ਿਲ੍ਹਾ ਪੱਧਰੀ ਪੰਥ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਪੰਥ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੰਥਕ ਅਕਾਲੀ ਲਹਿਰ ਦੇ ਅਹੁਦੇਦਾਰਾਂ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਅਦਾਰਿਆਂ ਨੂੰ ਭ੍ਰਸ਼ਟ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਇਤਿਹਾਸਿਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਅੱਜ ਦੀ ਇਸ ਕਾਨਫਰੰਸ ਵਿੱਚ ਸੰਤ ਸਮਾਜ ਦੇ ਸਰਪ੍ਰਸਤ ਸਰਬਜੋਤ ਸਿੰਘ ਬੇਦੀ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਈ ਹੈ, ਜੋ ਸਭ ਸਾਡੇ ਵੱਲੋਂ ਚੁੱਕੇ ਮੁੱਦਿਆਂ 'ਤੇ ਸਾਡੇ ਨਾਲ ਹੈ। ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਪੰਥ ਅਕਾਲੀ ਲਹਿਰ ਨਾਲ ਜੁੜ ਕੇ ਇਸ ਦੀ ਆਵਾਜ਼ ਨੂੰ ਉਠਾਓ ਅਤੇ ਇਸ ਨਾਲ ਹਿੱਸਾ ਬਣੋ। ਉੱਥੇ ਹੀ ਪ੍ਰੈਸ ਵਾਰਤਾ ਕਰਦੇ ਹੋਏ ਪੰਥ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਕੱਠਾ ਹੋ ਕੇ ਅਕਾਲੀ ਦਲ ਬਾਦਲ ਨੂੰ ਭਜਾਉਣਾ ਚਾਹੀਦਾ ਹੈ, ਕਿਉਂਕਿ ਬਾਦਲਾਂ ਨੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਅਦਾਰਿਆਂ ਵਿੱਚ ਲੁੱਟ ਕੀਤੀ ਹੋਈ ਹੈ। ਪ੍ਰੈਸ ਵਾਰਤਾ ਦੌਰਾਨ ਜਥੇਦਾਰ ਰਣਜੀਤ ਸਿੰਘ ਨੇ ਬਾਦਲਾਂ ਉੱਪਰ ਕਈ ਵਾਰ ਕੀਤੇ। ਉਹਨਾਂ ਨੇ ਕਾਨਫਰੰਸ ਵਿੱਚ ਪਹੁੰਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਹੋ ਰਹੀਆਂ ਚੋਣਾਂ ਵਿੱਚ ਪੰਥਕ ਅਕਾਲੀ ਦਲ ਲਹਿਰ ਦਾ ਸਾਥ ਦੇਣ ਅਤੇ ਬਾਦਲਾਂ ਦੇ ਕਬਜ਼ੇ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ, ਕਿਉਂਕਿ ਉਹਨਾਂ ਕਥਿਤ ਤੌਰ 'ਤੇ ਆਰੋਪ ਲਗਾਏ ਕਿ ਬਾਦਲ ਪਰਿਵਾਰ ਨੇ ਗੁਰੂ ਘਰ ਦੀਆਂ ਗੋਲਕਾਂ ਨੂੰ ਆਪਣੀ ਨਿੱਜੀ ਕੰਮਾਂ ਲਈ ਇਸਤੇਮਾਲ ਕੀਤਾ ਹੈ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਉਹਨਾਂ ਨੂੰ ਮਿਲਣ ਦਾ ਔਰ ਉਹਨਾਂ ਦੇ ਵਿਚਾਰ ਸਰਵਰ ਕਰਨ ਦਾ ਮੌਕਾ ਪ੍ਰਾਪਤ ਸ਼ਹੀਦਾਂ ਦੀ ਧਰਤੀ 'ਤੇ ਹੋਇਆ। ਸੋ ਬਹੁਤ ਸਾਰੇ ਬੁਲਾਰੇ ਜਿਨ੍ਹਾਂ ਨੂੰ ਸਮਾਂ ਨਹੀਂ ਦੇ ਸਕੇ ਉਹਨਾਂ ਤੋਂ ਮੈਂ ਮਾਫ਼ੀ ਚਾਹਾਂਗਾ, ਜਿਨ੍ਹਾਂ ਵਿੱਚ ਸਰਬਜੀਤ ਸਿੰਘ ਸੁਹਾਗ ਏੜੀ, ਹਰਮੇਸ਼ ਸਿੰਘ ਛੰਨਾ, ਸਰਦਾਰ ਪਿਆਰਾ ਸਿੰਘ ਜੀ ਭੰਗੂ ਜਨਰਲ ਮੈਨੇਜਰ ਸ਼ੂਗਰ ਮਿੱਲ, ਸੁਰਿੰਦਰ ਸਿੰਘ ਜੀ ਪਾੜਾ, ਖਾਲਸਾ ਪੰਚਾਇਤ ਕਲਾਨੌਰ ਦੇ ਬਹੁਤ ਸਾਰੇ ਆਗੂ ਜੇ ਮੈਂ ਨਾਂ ਲੈਣ ਲੱਗ ਗਿਆ, ਕਿਉਂਕਿ ਬੜੀ ਵੱਡੀ ਸੰਸਥਾ ਔਰ ਬੜਾ ਵੱਡਾ ਸਹਿਯੋਗ ਇਹਨਾਂ ਦਾ ਸਾਨੂੰ, ਯਾਨੀ ਸਿਮਰਜੋਤ ਸਿੰਘ ਜੀ ਭੜੀ ਵਾਲੇ, ਸਰਦਾਰ ਹਰਕੀਰਤ ਸਿੰਘ ਜੀ ਭੜੀ ਵਾਲੇ, ਔਰ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ, ਬਾਬਾ ਹਰਚਰਨ ਸਿੰਘ ਜੀ ਰਮਦਾਸਪੁਰ ਵਾਲਿਆਂ ਦਾ ਜਥਾ ਅਤੇ ਸੰਗਤ ਭਾਈ ਜਸਵਿੰਦਰ ਸਿੰਘ ਦੀ ਅਗਵਾਈ 'ਚ ਬੜੀ ਵੱਡੀ ਗਿਣਤੀ 'ਚ ਆਇਆ, ਜੀ ਹਾਂ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਸਰਦਾਰ ਸਰੂਪ ਸਿੰਘ ਜੀ ਸੰਧਾ ਸਮਾਣਾ ਤੋਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ। ਧਨਵੰਤ ਸਿੰਘ ਜੀ ਸੰਧੂ ਚੀਫ ਮੈਨੇਜਰ ਜੋ ਸਿੰਧ ਬੈਂਕ ਤੋਂ ਰਿਟਾਇਰ ਹੋਏ ਨੇ ਪਹੁੰਚੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਇਹਨਾਂ ਦੋਵਾਂ ਦੇ ਦਰਮਿਆਨ ਪਹਾੜਾਂ ਦੀ ਤਿਹਾੜ ਜਿਹਦੇ ਵਿੱਚ ਲਗਾਤਾਰ ਕਈ ਮਹੀਨੇ ਇਹ ਘੱਲੂਘਾਰਾ ਚੱਲਿਆ, ਜਿਹਦੇ ਵਿੱਚ ਬੇਅੰਤ ਸ਼ਹੀਦੀਆਂ ਹੋਈਆਂ। ਇਹ ਸ਼ਹੀਦੀਆਂ
ਕੌਮ ਦੀਆਂ ਕਹਿ ਲਓ, ਆਵਰੂ ਕਹਿ ਲਓ, ਸਮਾਨ ਕਹਿ ਲਓ, ਦਸਮ ਪਾਤਸ਼ਾਹ ਦਾ ਖਾਲਸਾ ਧਰਮ ਕਹਿ ਲਓ, ਉਸ ਨੂੰ ਸਮਰਪਿਤ ਹੋਈਆਂ। ਅਸਲ ਵਿੱਚ ਇਸ ਘੱਲੂਘਾਰੇ ਦੀ ਅਸੀਂ ਪਿਛੋਕੜ ਵਿੱਚ ਜਾਈਏ, ਇਹਦੀ ਬੈਕਗਰਾਊਂਡ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਲਸਾਨੀ ਸ਼ਹਾਦਤ ਨਾਲ ਮਿਲਦੀ। ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ, ਉਹ ਸ਼ਹਾਦਤ ਦਾ ਕਾਰਨ ਸੀ ਲਖਪਤ ਰਾਏ। ਲਖਪਤ ਰਾਏ, ਜਸਪਤ ਰਾਏ, ਇਹ ਦੋ ਭਰਾ ਸਨ ਕਾਨੂੰਵਾਨ ਦੇ, ਖੱਤਰੀ ਭਰਾ ਸਨ। ਇਹ ਸਰਕਾਰੀ ਸਨ, ਟਾਊਟ ਸਨ, ਨਵਾਬ ਵੀ ਬਣੇ ਜਲੰਧਰ ਦੇ, ਪਿਸ਼ਾਵਰ ਦੇ। ਇਹਨਾਂ ਨੇ ਖੁੱਲ੍ਹੇਆਮ ਚੈਲੇਂਜ ਕੀਤਾ ਸੀ ਕਿ ਅਸੀਂ ਇੱਕ ਖੱਤਰੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਅਸੀਂ ਖੱਤਰੀ ਹੋ ਕੇ ਤੁਹਾਨੂੰ ਇਸਲਾਮ ਕਬੂਲ ਕਰਾਵਾਂਗੇ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਗੁੜ ਦੀ ਰੋੜੀ ਨੂੰ ਰੋੜੀ ਕਿਹਾ, ਗੁੜ ਨੂੰ ਰੋੜੀ ਕਹਿਣ ਲਈ ਹੁਕਮ ਦਿੱਤਾ ਸੀ ਕਿ ਜਿਹੜਾ ਗੁੜ ਕਹੇਗਾ ਉਹ ਗੁਰੂ ਦੇ ਬਹਾਨੇ ਕਹਿ ਸਕਦਾ, ਅਸੀਂ ਗੁਰੂ ਦਾ ਨਾਂ ਨਹੀਂ ਲੈਣਾ। ਇਹ ਲਖਪਤ ਰਾਏ ਦੀ ਮਿਹਰਬਾਨੀ ਸੀ ਜਿਹੜਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਲਸਾਨੀ ਸ਼ਹਾਦਤ ਹੋਈ, ਉਸ ਤੋਂ ਬਾਅਦ ਵੀ ਉਹ ਤਲਿਆ ਨਹੀਂ। ਉਸ ਤੋਂ ਬਾਅਦ ਫਿਰ ਉਹ ਸਿੰਘਾਂ ਦਾ ਖਾਤਮਾ ਕਰਨ ਲਈ ਦਲ ਲੈ ਕੇ ਚੜਿਆ, ਪਰ ਆ ਗਿਆ ਸੀ ਸਿੱਖਾਂ ਨੂੰ ਲੁੱਟਣ, ਪਰ ਲੁੱਟਿਆ ਗਿਆ ਆਪ। ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਦਸਮ ਪਾਤਸ਼ਾਹ ਦੇ ਪਵਿੱਤਰ ਖਾਲਸਾ ਧਰਮ ਨੂੰ ਉਜਾਗਰ ਕੀਤਾ, ਸਾਨੂੰ ਪੋਲੀਟੀਕਲ ਅਤੇ ਧਾਰਮਿਕ ਆਜ਼ਾਦੀ ਬਖਸ਼ੀ। ਧੰਨ ਧੰਨ ਗੁਰਦੇਵ, ਸਰਕਾਰ ਬਣੀ ਸੀ, ਕੋਈ ਗਰੀਬ ਆਦਮੀ, ਲਾਚਾਰ ਆਦਮੀ ਬਿਮਾਰ ਆ ਜਾਂ ਉਹਦੀ ਬਿਮਾਰੀ ਭਿਆਨਕ ਆ, ਉਹਦੇ ਕੋਲ ਪੈਸੇ ਨਹੀਂ ਅਤੇ ਉਹਦਾ ਇਲਾਜ ਹੋਵੇ, ਇਹ ਸਰਕਾਰ ਬਣੀ ਸੀ। ਤੁਸੀਂ ਆਪਣੀ ਵਿਕਾਰਾਂ ਵਿੱਚ ਨਿਬੜੀ ਹੋਈ ਅਵਾਰਾ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਨਾਲ ਜੋੜਨ ਲਈ, ਗੁਰੂ ਦੀ ਵਿਚੋਲਗੀ ਲੈਣ ਲਈ ਜਦੋਂ ਤੀਰਥਾਂ 'ਤੇ ਜਾਓ, ਤੁਹਾਨੂੰ ਰਾਤ ਨੂੰ ਕਮਰਾ ਮਿਲੇਗਾ। ਤੁਸੀਂ ਰਾਤ ਨੂੰ ਇਸ਼ਨਾਨ ਕਰਕੇ ਸੁੱਚਾ ਅਤੇ ਸਾਦਾ ਪ੍ਰਸ਼ਾਦਾ ਮਿਲੇ, ਜਿਹਨੂੰ ਗੁਰੂ ਕਾ ਲੰਗਰ ਅਸੀਂ ਕਹਿ ਸਕਦੇ, ਉਹ ਸਹੂਲਤਾਂ ਲੈ ਕੇ ਤੁਸੀਂ ਇੱਕ ਆਪਣੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ 'ਚ ਜੋੜ ਸਕੋ। ਕਿਉਂਕਿ ਸਿੱਖ ਦੀ ਸੁਰਤ ਅਤੇ ਗੁਰੂ ਦਾ ਸ਼ਬਦ ਜਿੰਨੀ ਦੇਰ ਨਹੀਂ ਮਿਲਦੇ, ਉਨੀ ਦੇਰ ਤੱਕ ਇਹ ਮਨੁੱਖਾ ਜਨਮ ਸਫਲ ਨਹੀਂ ਹੁੰਦਾ। ਦੋਹ ਮਿਲ ਕਾਰਜ ਉਪਜੇ ਰਾਮ ਨਾਮ ਸੰਯੋਗ, ਗੁਰੂ ਦਾ ਸ਼ਬਦ, ਸਿੱਖ ਦੀ ਸੁਰਤ ਜਦੋਂ ਮਿਲਦੇ ਨੇ, ਉਦੋਂ ਇਹ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੁੰਦਾ। ਪਰ ਇਹ ਅੱਜ ਹਰਿਮੰਦਰ ਸਾਹਿਬ ਜਿਹੜਾ ਟੂਰਿਸਟ ਸਪੋਟ ਬਣਿਆ ਹੋਇਆ, ਪਿੱਛੇ ਜੇ ਇੱਕ ਕਦੀ ਬੋਲੇ ਨਹੀਂ ਇਹ, ਕਿਉਂਕਿ ਝੂਠੇ ਨੇ, ਜਿੰਨੇ ਵੀ ਆਰੋਪ ਲਗਾਏ ਨੇ ਇਹਦਾ ਕੋਈ ਜਵਾਬ ਹੈ ਨਹੀਂ। ਪਰ ਕੁਛ ਮੈਂ ਅੰਕੜੇ ਦਿੱਤੇ ਗੁਰੂ ਦੀ ਗੋਲਕ ਦੇ, ਇਹਨਾਂ ਨੇ ਆਪਣੇ ਮੈਨੇਜਰ ਦੀ ਫੋਟੋ ਲਾ ਕੇ, ਉਹਦਾ ਬਿਆਨ ਬਣਾ ਕੇ ਅਤੇ ਉਹ ਸਾਰਿਆਂ ਨੂੰ ਈਮੇਲ 'ਤੇ ਭੇਜ ਦਿੱਤਾ। ਕੋਈ ਮਾਂ ਦਾ ਪੁੱਤ ਸਾਹਮਣੇ ਨਹੀਂ ਆਇਆ, ਪ੍ਰੈਸ ਕਾਨਫਰੰਸ ਬੁਲਾ ਕੇ ਸਾਹਮਣੇ ਨਹੀਂ ਆਇਆ। ਮੇਰਾ ਅੱਜ ਵੀ ਚੈਲੇਂਜ, ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਖੜਾ ਅਤੇ ਬਾਦਲ ਵਿੱਚ ਉਹਦੇ ਪਰਿਵਾਰ ਦੇ ਵਿੱਚ ਕਿਸੇ 'ਚ ਹਿੰਮਤ ਆ ਅਤੇ ਜਿਹੜੇ ਮੈਂ ਦੋਸ਼ ਲਾਏ ਨੇ ਉਹਨਾਂ ਨੂੰ ਟੀਵੀ ਦੇ ਸਾਹਮਣੇ, ਪ੍ਰੈਸ ਦੇ ਸਾਹਮਣੇ ਆ ਕੇ ਦਿਖਾ।
ਕਲੈਰ ਉਹ 5 ਮਿੰਟ ਵਾਸਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਉਹਨਾਂ ਦੀਆਂ ਵਿਚਾਰਾਂ ਆਪਾਂ ਸਰਵਣ ਕਰਨੇ ਆ। ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵਾ। ਸ਼ਹੀਦੋ ਕੀ ਕਤਲਗਾਹ ਸੇ ਕਿਆ ਬਿਹਤਰ ਕਾਬਾ, ਸ਼ਹੀਦ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੁੰਦਾ ਹੈ। ਅਣਖੀ ਸੂਰਵੀਰ ਯੋਧਿਆਂ ਦੇ ਇਸ ਮਹਾਨ ਧਰਤੀ ਤੇ ਅੱਜ ਲਾਮਿਸਾਲ ਇਕੱਠ ਦੇ ਰੂਪ ਦੇ ਵਿੱਚ ਇਕੱਤਰ ਹੋਏ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਆਪ ਜੀ ਦਾ ਕਿ ਅੱਜ ਬਹੁਤ ਵੱਡੇ ਪੱਧਰ ਤੇ ਮਾਝੇ ਦੀ ਇਸ ਧਰਤੀ ਨੇ ਜੋ ਸਾਨੂੰ ਲੱਗਦਾ ਸੀ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵਿਸ਼ਾਲ ਇਕੱਠ ਹੋਇਆ ਔਰ ਥੋੜੇ ਸਮੇਂ ਵਿੱਚ ਥੋੜੀ ਤਿਆਰੀ ਦੇ ਵਿੱਚ ਐਡਾ ਵੱਡਾ ਇਕੱਠ ਕਰਕੇ ਇੱਕ ਗੱਲ ਦੀ ਅੱਜ ਆਪ ਜੀ ਨੇ ਮੋਹਰ ਲਾ ਦਿੱਤੀ ਕਿ ਹੁਣ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੰਥਕ ਅਕਾਲੀ ਲਹਿਰ ਦੇ ਕਾਫਲੇ ਨੂੰ ਹੁਣ ਕੋਈ ਰੋਕ ਨਹੀਂ ਸਕੇਗਾ। ਇਹ ਕਾਫਲਾ ਅਸਲ ਵਿੱਚ ਜਿਹੜਾ ਇਤਿਹਾਸ ਹੈ ਨਾ ਉਹ ਸੁਨਹਿਰੀ ਅੱਖਰਾਂ ਦੀ ਉਡੀਕ ਕਰਦਾ ਹੈ। ਇਹ ਸੁਨਹਿਰੀ ਅੱਖਰ 1746 ਵਿੱਚ ਛੋਟਾ ਘੱਲੂਘਾਰਾ ਸਾਹਿਬ ਐਸ ਪਾਵਨ ਧਰਤੀ ਤੇ ਹੋਇਆ ਤੇ ਉਹ ਸੁਨਹਿਰੀ ਅੱਖਰ ਬਣ ਗਏ। ਸਮੇਂ ਨੇ ਮੰਗ ਕੀਤੀ, ਉਹਨਾਂ ਸੁਨਹਿਰੀ ਅੱਖਰਾਂ ਨੇ ਮੰਗ ਕੀਤੀ। 1978 ਦਾ ਸਮਾਂ ਆਇਆ, ਸਿੰਘ ਸਾਹਿਬ ਭਾਈ ਰਣਜੀਤ ਨੇ ਨਰਕਧਾਰੀ ਨੂੰ ਸੋਧਾ ਲਾਇਆ ਤੇ ਸਮਾਂ ਹੁਣ ਫੇਰ ਮੰਗ ਕਰਦਾ ਹੈ। ਇੱਕ ਹਰਿਮੰਦਰ ਸਾਹਿਬ ਦੇ ਕਮਰਾ ਲੈਣ ਤੋਂ ਲੈ ਕੇ UNO ਤੱਕ ਪਹਿਲੀ ਗੱਲ ਆਪਣਾ ਘਰ ਬੰਨਣਾ। ਜੋ ਤਰਾਸਦੀਆਂ ਨੇ, ਜੋ ਕੌਮ ਦੀਆਂ ਚੁਣੌਤੀਆਂ ਨੇ ਤੁਸੀਂ ਵਿਸਤਾਰ ਵਿੱਚ ਸੁਣੀਆਂ ਵੀ ਨੇ ਤੇ ਤੁਸੀਂ ਜਾਣਦੇ ਵੀ ਉਹਦੇ ਵੱਲ ਨਹੀਂ ਜਾਣਾ। ਆਪਣਾ ਘਰ ਬੰਨਣਾ, AGPC ਦਾ ਪੁਨਰ ਗਠਨ ਦੁਆਰੇ ਜਿਵੇਂ ਤੁਸੀਂ ਚਾਹੁੰਦੇ ਜਿਵੇਂ ਵਿਚਾਰਾਂ ਹੋਈਆਂ ਉਵੇਂ ਕਰਨਾ। ਸਟੇਟ ਲੈਵਲ ਤੇ ਆਪਣੀ ਸਮੱਸਿਆਵਾਂ ਹੱਲ ਕਰਨੀਆਂ, ਸੈਂਟਰ ਲੈਵਲ ਤੇ ਆਪਣੀ ਸਮੱਸਿਆਵਾਂ ਹੱਲ ਕਰਨੀਆਂ, ਇੱਥੇ ਹੀ ਬਸ ਨਹੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਸਮੱਸਿਆਵਾਂ ਹੱਲ ਕਰਨੀਆਂ। ਕੌਮ ਦਾ ਫਾਈਨਾਂਸ, ਕੌਮ ਦਾ ਮੈਂਟਲੀ ਸ਼ਕਤੀ ਤੇ ਕੌਮ ਦੀ ਫਿਜ਼ੀਕਲ ਸ਼ਕਤੀ, ਤਿੰਨਿਆਂ ਦਾ ਜੇਕਰ ਸਾਰਥਕ ਜਿਹਨਾਂ ਦਾ ਕੋਈ ਹੱਲ ਨਿਕਲਿਆ ਹੋਵੇ ਫਿਰ ਜ਼ਰੂਰ ਜਿਹੜੀ ਕੌਮ ਹੈ, ਜਿਹੜੇ ਸੁਪਨੇ ਆਪਾਂ ਲੈ ਰਹੇ ਹਾਂ, ਜਿਹੜੇ ਪਰਨ ਆਪਾਂ ਕਰ ਰਹੇ ਹਾਂ ਉਹ ਪੂਰੇ ਹੋਣਗੇ। ਅੱਜ ਤੁਸੀਂ ਪੰਥਕ 144 ਸ਼ਬਦ ਸਿੰਘ ਸਾਹਿਬ ਯਾਨੀ ਰਣਜੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਸੁਣ ਲਈ ਇਕੱਤਰ ਹੋਏ ਹੋ। ਤੁਹਾਡਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਬਣਾਇਆ। ਅੱਜ ਕੌਮ ਦਾ ਇੱਕ ਦੁਖਾਂਤ ਕਹਿ ਲਈਏ ਇਸ ਨੂੰ, ਕਿ ਅੱਜ ਪੰਥਕ ਸੋਚ ਸਾਡੇ ਵਿੱਚੋਂ ਘੜਦੀ ਜਾ ਰਹੀ, ਰਾਜਸੀ ਸੋਚ ਭਰ ਲੋਗੀ ਸਾਡੇ 'ਤੇ। ਪਰ ਫਿਰ ਵੀ ਮੈਂ ਦੇਖ ਰਿਹਾ, ਮਨ ਨੂੰ ਤਸੱਲੀ ਇਸ ਗੱਲ ਦੀ ਕਿ ਪੰਥਕ ਸੋਚ ਅਜੇ ਮੌਜੂਦ ਹੈ ਪਰ ਇਹ ਕਿਸੇ ਨੇਤਾ ਦੀ ਭਾਲ ਵਿੱਚ। 2004 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਤੌਰ ਮੈਂਬਰ ਸੇਵਾ ਕਰ ਰਿਹਾ, ਜਿੰਨਾ ਨੇੜੇ ਹੋ ਕੇ ਮੈਂ ਇਸ ਪ੍ਰਬੰਧ ਨੂੰ ਵੇਖਿਆ। ਸਰਦਾਰ ਯੋਗਾ ਸਿੰਘ ਜੀ ਇੱਥੇ ਤੁਹਾਨੂੰ ਦੱਸ ਕੇ ਗਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋਈ ਸੀ, ਪਰ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੀ ਹੋ ਚੁੱਕੀ ਹੈ। ਅੱਜ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਮੈਂਬਰ
ਉਸ ਪਰਿਵਾਰ ਦੇ ਬੰਧਕ ਬਣ ਚੁੱਕੇ ਨੇ ਜਿਹਨੂੰ ਲੋਕ ਬਾਦਲ ਪਰਿਵਾਰ ਕਹਿੰਦੇ ਨੇ। ਇਹ ਚਿਹਰਾ ਜ਼ਰੂਰ ਬਦਲ ਗਿਆ, ਪਰ ਮੈਂ ਸਮਝਦਾ ਵੀ ਇਸ ਪਰਿਵਾਰ ਵਿੱਚ ਉਹ ਮਹੰਤ ਨਰੈਣੂ ਦੀ ਜਿਹੜੀ ਰੂਹ ਸੀ ਉਹ ਪ੍ਰਵੇਸ਼ ਕਰ ਗਈ। ਜਿਸ ਤਰ੍ਹਾਂ ਮਹੰਤ ਨਰੈਣੂ ਨਾਲ ਲੜਾਈ ਲੜਨੀ ਪਈ ਸੀ ਸ਼ਹੀਦ ਲਕਸ਼ਮਣ ਸਿੰਘ ਨੂੰ, ਉਸ ਰੂਪ ਵਿੱਚ ਸਾਨੂੰ ਲੜਾਈ ਲੜਨੀ ਪਏਗੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ 'ਚ ਸ਼ਹੀਦਾਂ ਦੀ ਇਸ ਧਰਤੀ 'ਤੇ ਪੰਥਕ ਮੁੱਦਿਆਂ 'ਤੇ ਵਿਚਾਰ ਕਰਨ ਲਈ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਮਾਂ ਥੋੜ੍ਹਾ, ਇੱਕ ਮਿੰਟ 'ਚ ਗੱਲ ਕਰ ਲੈਣੀ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ 'ਚੋਂ ਸਿੱਖ ਉਪਜਿਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਲਲਕਾਰ 'ਚੋਂ ਸਿੰਘ ਉਪਜਿਆ, ਤਲਵਾਰ ਫੜੀ ਅਤੇ ਦਸਵੇਂ ਪਾਤਸ਼ਾਹ ਜੀ ਤਲਵਾਰ 'ਚੋਂ ਸੀਸ ਦੇ ਕੇ ਪੰਥ ਉਪਜਿਆ। ਉਹ ਪੰਥ ਜਿਹੜਾ ਪਰਮਾਤਮਾ ਦੀ ਮੌਜ ਨਾਲ ਉਪਜਿਆ, ਉਸ ਮੌਜ 'ਚੋਂ ਉਸ ਪੰਥ ਵਿੱਚੋਂ ਅਕਾਲੀ ਦਲ ਉਪਜਿਆ। ਕਿਹੜਾ ਅਕਾਲੀ ਦਲ? ਜਿਹੜਾ ਕਦੀ ਹਾਰਦਾ ਹੀ ਨਹੀਂ। ਜੇਲ੍ਹਾਂ 'ਚ ਪਾ ਦਿਓ ਸਾਲਾਂ ਬੱਧੀ ਪਾ ਛੱਡੋ, ਸਰਕਾਰਾਂ ਆਪ ਹੀ ਛੱਡਦੀਆਂ ਸੀ। ਅਤੇ ਉਸ ਅਕਾਲੀ ਦਲ ਦਾ ਹਾਲ ਅੱਜ ਇਹ ਹੋ ਗਿਆ ਵੀ 16-17 ਅਕਾਲੀ ਦਲ ਤਾਂ ਕੱਲ੍ਹ ਸਾਰੇ ਆਪ ਆਪਣੇ ਪ੍ਰਧਾਨ ਬਣਾਏ ਨੇ, ਅਖਬਾਰਾਂ ਭਰੀਆਂ ਪਈਆਂ। ਚਾਰ ਪਿੱਛ ਜਿਹੜੇ ਪਿੱਠੂ ਦੇ ਚੁੱਕੇ ਗੱਜ ਪਰਨਾ ਪਾ ਕੇ ਪ੍ਰਧਾਨ ਸਾਹਿਬ ਦਿੰਦੇ ਨੇ। ਕੰਮ ਕੀ ਕਰਨਾ? ਜਿਸ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਿਆ, ਕੋੜੇ ਖਾਧੇ, ਉਹਨੂੰ ਆਪਣੇ ਅਧੀਨ ਕੀਤਾ ਹੋਇਆ, ਉਹਨੂੰ ਸਾਰਿਆਂ ਦਾ, ਨੌਜਵਾਨਾਂ ਦਾ, ਬੀਬੀਆਂ, ਬੱਚਿਆਂ, ਬਜ਼ੁਰਗਾਂ ਦਾ, ਸਾਰਿਆਂ ਦਾ ਫਰਜ਼ ਬਣਦਾ ਵੀ ਅੱਜ ਅਸੀਂ ਜਥੇਦਾਰ ਦੇ ਕੰਧੇ 'ਤੇ ਇਹ ਕੰਮ ਇਹਨਾਂ ਦੇ ਇਕੱਲੇ ਕਰਨ ਦਾ ਜੀ। ਉਹਨਾਂ ਨੇ ਇਕੱਲਾ ਕਰਿਆ ਸੀ ਕੰਮ, ਇਹ ਇਹਨਾਂ ਦੇ ਇਕੱਲੇ ਦੇ ਕੰਮ ਕਰਨ ਦਾ ਨਹੀਂ, ਇਹ ਸੰਗਤ ਦਾ, ਇਹ ਹਜੂਮ ਦਾ, ਆਪਾਂ ਨੂੰ ਇਕੱਠੇ ਹੋ ਕੇ ਰਲ ਮਿਲ ਕੇ ਕੰਮ ਕਰਨਾ। ਸੋ ਆਓ ਅੱਜ ਆਪਾਂ ਪਰਨ ਕਰੀਏ ਇਸ ਮਾਝੇ ਦੀ ਧਰਤੀ ਤੋਂ, ਇਸ ਸ਼ਹੀਦਾਂ ਦੇ ਸਥਾਨ ਤੋਂ, ਕਿ ਅਸੀਂ ਜਥੇਦਾਰ ਦੇ ਨਾਲ ਕੰਧੇ ਨਾਲ ਕੰਧਾ ਲਾ ਕੇ ਇਹਨਾਂ ਦੇ ਆਉਣ ਵਾਲੀ ਚੋਣ ਦੇ ਵਿੱਚ ਇਹਨਾਂ ਦੇ ਤੱਪੜ ਰੋਲ ਦੇਵਾਂਗੇ। ਇੰਨਾ ਕਹਿੰਦਾ ਹੋਇਆ ਖਿਮਾਂ ਦੇ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਨਵੈਨਸ਼ਨ ਦਾ ਮਕਸਦ ਬਾਦਲ ਭਜਾਓ, ਪੰਥ ਬਚਾਓ। ਬਾਦਲ ਪਰਿਵਾਰ ਜਿਹੜਾ ਨਾਗਵਾਲ ਪਾ ਕੇ ਬੈਠਾ, ਅਜਗਰ ਸੱਪ ਦੀ ਤਰ੍ਹਾਂ ਵੱਡੇ ਵੱਡੇ ਸਾਡੇ ਲੀਡਰ ਖਾ ਗਿਆ, ਤੋ ਸਾਹ ਘੁੱਟ ਕੇ ਮਾਰਤੇ ਉਹਨੇ ਅਤੇ ਇੱਕ ਪਰਿਵਾਰ ਨੂੰ ਅੱਗੇ ਲੈ ਆਂਦਾ। ਮੈਂ ਮਾਝੇ ਦੇ ਗਣਾਂ 'ਤੇ ਲਾਲਪੁਰਾ ਉਬੋ ਕੇ ਸੁਖਜਿੰਦਰ ਸਿੰਘ ਜੀ, ਦੁਆਬੇ ਦੇ ਕੁਲਦੀਪ ਸਿੰਘ ਵਡਾਲਾ, ਟੌੜਾ, ਤਲਵੰਡੀ, ਬਰਨਾਲਾ, ਤੋ ਇਹਨਾਂ ਨੂੰ ਮਾਰ ਕੇ ਅਤੇ ਲਿਆਂਦਾ ਸਾਲਾ ਪੁੱਤਰ ਦਾ, ਲਿਆਂਦਾ ਜਵਾਈ। ਤੋ ਇਹ ਭਰਾ ਭਤੀਜੇ, ਇਹ ਪਰਿਵਾਰ ਪਾਲ ਕੇ ਅਤੇ ਜਿਹੜਾ ਹੁਣ ਸੁੱਖ ਲੈ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ, ਪਰ ਕੌਮ ਦਾ ਬੇੜਾ ਗਰਕ ਕਰ ਗਿਆ। ਹਾਂ, ਉਹ ਕੁਦਰਤੀ ਆ, ਉਹ ਕੁਦਰਤੀ ਆ, ਉਹ ਕੁਦਰਤੀ। ਉੱਧਰ ਪਰਿਵਾਰ ਰਹਿ ਜਾਣਾ ਇਕੱਲਾ, ਉੱਧਰ ਪੁੱਤਰ ਧੀਆਂ ਰਹਿ ਜਾਣੇ ਆ, ਪੰਥ ਇੱਧਰ ਹੀ ਆਊਗਾ। ਮੈਂ ਸਮਰਥਨ, ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਸਾਰੇ ਜਿੰਨੇ ਵੀ ਦਲ ਹੈਗੇ ਆ ਨਾ, ਉਹ ਮਿਲ ਕੇ ਅਤੇ ਗੁਰੂ ਦੇ ਸਿੱਖ ਬਣ ਕੇ ਅਤੇ ਆਪਾਂ ਕਮੇਟੀ ਲੈ ਲਈਏ, ਅਤੇ ਜਿਹੜੀ ਧਾਰਮਿਕ ਸੇਵਾ ਉਹ ਸਾਨੂੰ ਦੇ ਦਿਓ, ਤੁਸੀਂ ਰਾਜਨੀਤੀ ਆਪਣੀ ਕਰਦੇ ਰਹੋ। ਦੇਖੋ ਜੀ, ਸਮਰਥਨ ਅਸੀਂ ਤਾਂ ਮੰਨੇ ਬੈਠੇ, ਸਾਡੀਆਂ ਤਿੰਨ ਸੰਸਥਾਵਾਂ ਨੇ, ਕਾਲ ਤਖ਼ਤ, ਅਕਾਲੀ ਦਲ ਅਤੇ ਕਮੇਟੀ। ਉਹ ਅਕਾਲੀ ਦਲ ਨੂੰ ਕਮਾਂਡ ਦਿੱਤੀ, ਉਹ ਕਮੇਟੀ ਵੀ ਖਾ ਗਿਆ ਅਤੇ ਕਾਲ ਤਖ਼ਤ ਵੀ ਖਾ ਗਿਆ। ਹੁਣ ਤਾਂ ਸਾਡੇ ਸਾਹਮਣੇ ਇੱਕੋ ਹੀ ਮਸਲਾ ਵੀ ਅਸੀਂ ਆਪਣੇ ਸਿਧਾਂਤ ਕਿਵੇਂ ਬਚਾਉਣੇ। ਰਾਜਨੀਤੀ ਸਾਡਾ ਕੋਈ ਇੰਟਰਸਟ ਹੁੰਦਾ ਤਾਂ ਮੈਂ ਵੀ ਮਿਨਿਸਟਰ ਨਾ ਬਣਿਆ ਹੁੰਦਾ, ਇਹਨੇ ਨਹੀਂ ਕੁਛ ਦਿੱਤਾ। ਗੋਲਕ ਜਿਹੜੀ ਆ ਇਹ ਤਕਰੀਬਨ ਮੈਨੂੰ ਲੱਗਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਗਿਣੋਗੇ ਇਹ ਤੋਂ ਡਬਲ ਨਿਕਲੋਗੇ ਜਿੰਨੀ ਅੱਜ ਗਿਣਦੇ ਪਏ। ਤੋ ਗੋਲਕ ਜਿਹੜੀ ਆ ਗਿੰਨੀ ਬੁੱਕ ਦੇ ਵਿੱਚ ਹੀ 1,00,000 ਬੰਦਾ ਜਿਹੜਾ ਮੱਥਾ ਟੇਕਦਾ, ਕਈ ਸਾਲ ਪਹਿਲਾਂ ਦਾ ਲਿਖਿਆ, ਅਤੇ ਆ ਛੁੱਟੀਆਂ 'ਚ 2,00,000 ਦੀ ਆਮਦ ਆ।
ਤੇ ਇਹ ਇਹ 1.25 ਕਰੋੜ ਦੀ ਰੋਜ਼ ਦੀ ਗੋਲਕ ਹਰਿਮੰਦਰ ਸਾਹਿਬ ਦੀ ਆ, ਅਤੇ ਹਰਿਮੰਦਰ ਸਾਹਿਬ 'ਚ ਇੱਕ ਨਹੀਂ 3 ਗੋਲਕਾਂ ਤੇ ਅੰਦਰ ਅੰਦਰ ਆ, ਅਤੇ 20 ਗੋਲਕਾਂ ਇਹਦੇ ਕੰਪਲੈਕਸ ਦੇ ਵਿੱਚ ਨੇ ਹੋਰ ਨੇ। ਇਹ 20 ਗੋਲਕਾਂ ਜਿਹੜੀਆਂ ਰੋਜ਼ ਦੀਆਂ, ਰੋਜ਼ ਲੋਕ ਮੱਥਾ ਟੇਕਦੇ ਜਿੱਥੇ ਉੱਥੇ ਪਈਆਂ ਨੇ, ਅਤੇ ਇਹ 1.25 ਕਰੋੜ ਘੱਟੋ ਘੱਟ ਮੈਂ ਦੱਸਿਆ ਰੋਜ਼ ਦਾ, 1.25 ਕਰੋੜ ਤੋਂ ਜ਼ਿਆਦਾ ਪ੍ਰਸ਼ਾਦ ਦੀ ਇਨਕਮ ਆ। ਬਾਬਾ ਦੀਪ ਸਿੰਘ ਜੀ ਦੀ ਵੀ ਇੰਨੀ ਆ, ਉਹ ਸ਼ਹੀਦ ਗੰਜ ਦੀ ਵੀ ਅਤੇ ਪ੍ਰਸ਼ਾਦ ਦੀ ਵੀ, ਤੋ 2.5 ਕਰੋੜ 2.5 ਕਰੋੜ 5 ਕਰੋੜ ਤਾਂ ਇੱਕ ਦਿਨ ਦਾ ਬਣ ਜਾਂਦਾ 2 ਗੁਰਦੁਆਰਿਆਂ ਦਾ, ਅਤੇ 78 ਗੁਰਦੁਆਰੇ ਹੋਰ ਨੇ ਜਿਹੜੇ ਸਿੱਧੇ ਹੀ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਨੇ। ਤੋ 78 ਗੁਰਦੁਆਰਿਆਂ ਤੋਂ 401 ਗੁਰਦੁਆਰਾ ਉਹ ਆ ਜਿਹੜਾ ਇਸ ਤਰ੍ਹਾਂ ਇਤਿਹਾਸਕ ਆ, ਪਰ ਲੋਕਲ ਕਮੇਟੀਆਂ ਨੇ, ਪਰ ਇੱਥੋਂ ਦੀ ਗੋਰਕ ਜਿਹੜੀ ਉਹ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਖੋਲ੍ਹਦਾ। ਇਹ ਦਸਵੰਧ ਲੈ ਕੇ ਜਾਂਦੇ, ਇਹ ਕਿੱਥੇ ਜਾਂਦਾ 401 ਗੁਰਦੁਆਰੇ ਦਾ? 20,000 ਏਕੜ ਜ਼ਮੀਨਾਂ ਦੀ ਆਮਦਨ ਕਿੱਥੇ ਜਾਂਦੀ ਆ? ਮਾਰਕੀਟਾਂ ਦੇ ਕਿਰਾਏ ਕਿੱਥੇ ਜਾਂਦੇ ਨੇ? ਜਿਹੜੀ ਡੋਨੇਸ਼ਨ ਆਉਂਦੀ ਉਹ ਕਿੱਥੇ ਜਾਂਦੀ ਆ? ਅਤੇ ਫਿਰ ਇਹ ਕਹਿੰਦੇ ਆ ਸਾਡਾ ਬਚਿਆ ਕੁਛ ਨਹੀਂ ਗਾ, ਤੋ ਇਹ ਕੋਈ ਮੰਨ ਸਕਦਾ ਇਸ ਗੱਲ ਨੂੰ?